भेजो आप अंदर आज अंदर आओ अंदर आओ तो पंजाबीओ जिथे साड़ी जड़ वड्डी जा रही है उत्थे बैठे हैं जिथे जड़ वड्डी जाती है पहले तस्वीर दिखा उपर इधरली तस्वीर है जिहड़ा हैंडगवार होया इन्हां दा आर एस एस का मुखी तो इधर ही गोलबात करती है ये स्कूल दियां तस्वीर ने स्कूल दियां तस्वीर ने सर्वहितकारी स्कूल सर्वहितकारी विद्या मंदिर जिहड़े पंजाब दे अंदर घट्टो घट्ट 100 तो उपर 125 दे करीब स्कूल होंदे ये प्रिंसीपल है महाशय बैठे है नाम दसो जी अपना की है आर पी राजू कित्थों है जी मैं हिमाचल से हिमाचल तो हाँ अखताब करी यार पंजाबी दी पंजाबी पढ़ के सुनाओ जी पंजाबी पढ़ो नहीं आती सर पढ़ी नहीं आती नहीं नहीं दसो जी तुसी प्रबंधक बैठे हो स्कूल दे तुसी भी पंजाब दे हिंदू पंजाबी हिंदू हो मां बोली पंजाब दे हिंदू दी भी पंजाबी है सिख दी भी पंजाबी है ते मुसलमान दी भी पंजाबी है पंजाबी है ना ਤੇ ਤੁਸੀਂ ਇੱਥੇ ਆਰ ਐਸ ਐਸ ਦੀਆਂ ਨੀਤੀਆਂ ਕਿਉਂ ਥੋਪ ਰਹੇ ਆ ਸਕੂਲ ਤੇ ਦੱਸੋ ਆਪਾਂ ਇਹਦੇ ਚ ਨਾ ਦੋ ਪਹਿਲੂ ਹੈ ਦੇਖਣ ਵਾਲੇ ਹਾਂ ਠੀਕ ਹੈ ਪਹਿਲਾ ਪਹਿਲੂ ਤਾਂ ਇਹ ਹੈ ਵੀ ਆਪਾਂ ਨੇ ਕਿਹਾ ਵੀ ਆਰ ਐਸ ਐਸ ਦੀਆਂ ਨੀਤੀਆਂ ਖੁੱਲੀਆਂ ਸਕੂਲ ਵਿਦਿਆ ਭਾਰਤੀ ਦਾ ਸਕੂਲ ਹੈ ਠੀਕ ਹੈ ਵਿਦਿਆ ਭਾਰਤੀ ਨੇ ਜੋ ਨਿਯਮ ਸੈੱਟ ਕਰਦੀ ਹੈ ਉਹ ਨਿਯਮਾਂ ਮੁਤਾਬਕ ਚੱਲਦਾ ਹੈ ਠੀਕ ਹੈ ਜਿਹੜੇ प्रिंसीपल हिमाचल तो लिया बिठाया संघ का प्रिंसीपल है ये बंदे नू ना इस इंसान नू पंजाबी पढ़नी आउंदी है ना इहनू लिखनी आउंदी है दविंदर गल जवाब दे विद्या भारती विद्या भारती की पंजाब सरकार ये आग्या दिंदी है ਵੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਪੜ੍ਹਨੀ ਲਿਖਣੀ ਨਹੀਂ ਆਉਂਦੀ ਉਹ ਹਿਮਾਚਲ ਤੋਂ ਲਿਆ ਕੇ ਬੰਦਾ ਬਿਠਾਤਾ ਇਹ ਜਵਾਬ ਖੜੇ ਆ ਸਾਰੇ ਇੱਕ ਮਿੰਟ ਆਨਸਰ ਸੁਣੋ ਜੀ ਇਹ ਖੜਦਾ ਇੱਕ ਮਿੰਟ ਤੁਸੀਂ ਦੱਸੋ ਬਾਈ ਤੁਹਾਨੂੰ ਪੰਜਾਬੀ ਬੋਲਣ ਦਿੰਦੇ ਆ ਹੈ 80% ਸਕੂਲ ਪਿੰਡਾਂ ਚੋਂ ਆਉਂਦੇ ਆ ਤੁਸੀਂ ਸਾਡੀ ਐਸੀ ਜੜ ਪੱਟ ਰਹੇ ਹੋ ਨਾਲੇ ਆਪ ਵੀ ਪੱਟ ਰਹੇ ਹੋ ਖਾਨੇ ਹੋ ਪੰਜਾਬ ਦਾ ਰਹਿੰਦੇ ਪੰਜਾਬ ਚੋਂ ਪਰ ਪੰਜਾਬੀ ਬੋਲੀ ਦੇ ਕਿਉਂ ਨਹੀਂ ਹੋਏ ਮੈਨੂੰ ਗੱਲ ਦਾ ਜਵਾਬ ਦਿਓ ਇਹ ਝੂਠ ਬੋਲਦੇ ਜਵਾਕ ਤੁਹਾਡੇ ਸਕੂਲ ਦੇ ਜਵਾਕ ਹਨ नवी एजुकेशन पॉलिसी आई है वो कहती है जा नंबर दो जो मदर लैंग्वेज एक्ट बने 1967 का वह कहता कि तुम जवाकों के जो इतने पंजाबी बोलने तो रोको जो लिखो ਜੇਬਾਂ ਦੇ ਉੱਤੇ ਲਾਉਂ ਸਟicker ਪੋਸਟਰ ਵਗੈਰਾ ਲਿਖੋ ਸਕੂਲ ਦਾ ਉਹ ਹਿੰਦੀ ਚ ਲਿਖੋ ਇਹ ਕਿਹੜਾ ਕਾਨੂੰਨ ਕਿਹੜਾ ਸੰਵਿਧਾਨ ਕਹਿੰਦਾ ਦੇਖੋ ਮੈਂ ਇੱਕ ਗੱਲ ਨਿਵੇੜੀ ਹੈ ਵੀ ਇਹ ਵਿਦਿਆ ਭਾਰਤੀ ਦਾ ਸਕੂਲ ਹੈ ਆਪਣਾ ਜੇ ਓਬਜੈਕਸ਼ਨ ਕੋਈ ਵੀ ਹੈ ਆਪਾਂ ਤੁਸੀਂ ਲੈਟਰ ਦੇ ਵਿੱਚ ਅੱਜ ਤੁਸੀਂ ਅਸੀਂ ਓਬਜੈਕਸ਼ਨ ਉਹ ਕੌਣ ਹੁੰਦੇ ਨੇ 15 ਜਾਣੇ ਆਪਾਂ ਵਿਦਿਆ ਭਾਰਤੀ ਕੌਣ ਹੁੰਦੀ ਆ ਸਾਡੇ ਜਵਾਕਾਂ ਨੂੰ ਤਾਂ ਹਿੰਦੀ ਤੇ ਸੰਸਕ੍ਰਿਤ ਥੋਪਣ ਵਾਲੀ किन्ने चिर तो संघ दी नीतियां लागू कर रहे स्कूल मेरे को ਇਹ ਪੰਜਾਬ ਦੀਆਂ ਜੜਾਂ ਵੱਢ ਰਹੇ ਹੋ ਸੇਵਾ ਨਹੀਂ ਇਹ ਜੜ ਵੱਢਣ ਵਾਲੀ ਗੱਲ ਹੈ
ਕੀ ਅੰਤਰ ਕੀ ਹੈ ਠੀਕ ਹੈ ਮੇਰੇ ਕੋਲ ਇੱਕ ਸੇਵਾ ਹੈ ਔਰ ਮੈਂ ਸੇਵਾ ਦੇ ਪੱਧਰ ਤੇ ਇੱਥੇ ਕੰਮ ਕਰਦਾ ਠੀਕ ਹੈ ਮੇਰੇ ਕੋਲ ਹੋਰ ਕੋਈ ਇਸ ਤਰ੍ਹਾਂ ਦੀ ਕੋਈ ਨਾਮ ਹੈ ਤੋ ਅੱਛਾ ਦੂਜੀ ਗੱਲ ਹੋਰ ਸੁਣ ਲਾ ਆ ਉਹਨਾਂ ਖਾਲੀਆ ਟੀਚਰ ਆਇਆ ਯਾਰ ਅਕਰ ਟੀਚਰ ਦੂਜੀ ਦੂਜੀ ਗੱਲ ਇੱਕ ਮਿੰਟ ਅਗਲੀ ਗੱਲ ਮੇਰੀ ਮੇਰੇ ਕੋਲ ਗੱਲ ਪਿਛਲੇ ਪਰ ਇਹਦੀ ਓਕੇ ਆ ਜੀ ਕੀ ਸੁਣੀਏ ਦੇ ਬੰਦੇ ਕੀ ਸੁਣੀਏ ਯਾਰ ਪਿਛਲੇ ਦਾ ਆਨਸਰ ਤਾਂ ਲੈ ਕਾਹਦਾ ਲੱਗੇ ਤੂੰ ਮੈਨੂੰ ਇਕੱਲਾ ਜਵਾਬ ਦੇ ਦੇ ਮੈਨੂੰ ਸਿਰਫ ਮੈਂ ਬਾਹਲਾ ਗੱਲਾਂ ਸੁਣਨੀਆਂ ਆ ਤੇਰਾ ਪ੍ਰਿੰਸੀਪਲ ਹੈ ਇਹਨੂੰ ਆ ਪੰਜਾਬੀ ਦੀ ਕਿਤਾਬ ਪੜਾ ਦੇ ਮੈਨੂੰ ਤੇਰਾ ਆਨਸਰ ਆ ਗਿਆ ਪੜਾ ਦੇ ਉਹ ਉਸੇ ਦੀ ਆਨਸਰ ਦੇ ਨਾ ਸੀਬੀਐਸਈ ਕਹਿੰਦੀ ਹੈ ਵੀ ਜੇ ਇਹ ਕਿਉਂਕਿ ਸੀਬੀਐਸਈ ਸਕੂਲ ਹੈ ਯਾਰ ਮੈਂ ਤਾਂ ਸੀਬੀਐਸਈ ਕਹਿੰਦੀ ਹੈ ਆਈਸੀਐਸਈ ਕਹਿੰਦੀ ਹੈ ਤੇ ਵਿਦਿਆ ਭਾਰਤੀ ਕਹਿੰਦੀ ਹੈ ਮੈਨੂੰ ਇਹ ਗੱਲ ਦਾ ਜਵਾਬ ਦੇ ਆ ਸਾਡੇ ਪੰਜਾਬੀ ਬੋਲਣ ਵਾਲੇ ਜਵਾਕ ਆ ਸਾਡੀ ਮਾਂ ਬੋਲੀ ਪੰਜਾਬੀ ਹੈ ਤੇਰੇ ਪ੍ਰਿੰਸੀਪਲ ਤੋਂ ਹਮਾਇਤ ਤੋਂ ਲਾਇਆ ਵਾਈਸ ਪ੍ਰਿੰਸੀਪਲ ਨਹੀਂ ਮੈਂ ਨਹੀਂ ਲਾਇਆ ਕਿਹਨੇ ਲਾਇਆ ਇਹ ਵਿਦਿਆ ਭਾਰਤੀ ਨੇ ਤੂੰ ਇਹਦੀ ਕਿਉਂ ਤਰਫਦਾਰੀ ਕਰਦੇ ਮੈਂ ਕੋਈ ਤਰਫਦਾਰੀ ਨਹੀਂ ਕਰਦਾ ਮੈਂ ਆਪਾਂ ਸੱਚਾਈ ਦੀ ਗੱਲ ਕਰਦੇ ਹਾਂ ਸੱਚਾਈ ਦੱਸ ਨਾ ਦੱਸ ਕਿ ਸੱਚਾਈ ਕੀ ਹੈ ਸੀਬੀਐਸਈ ਇਹ ਗੱਲ ਕਹਿੰਦੀ ਹੈ ਤੁਸੀਂ ਚਾਰ ਟੀਚਰ ਹਿਮਾਚਲ ਚ ਰੱਖੇ ਅਕਸ਼ੇ ਕੌਣ ਹੈ ਗੌਤਮ ਕੌਣ ਹੈ ਬਲਾਮ ਨੂੰ ਮਾਰ ਰਹੇ ਹੋ ਤੁਸੀਂ ਆਰ ਐਸ ਐਸ ਦੀ ਪਾਲਿਸੀ ਲਾਗੂ ਕਰਦੇ ਆ ਆਰ ਐਸ ਦੀ ਆਈਡੀਓਲੋਜੀ ਕੀ ਹੈ ਦੱਸ ਮੈਂ ਬਿਲਕੁਲ ਨਾ ਤਾਂ ਮੈਂ ਕੋਈ ਆਈਡੀਓਲੋਜੀ ਦੀ ਗੱਲ ਕੀਤੀ ਫਿਰ ਫਿਰ ਜੇ ਡਿਓਲੋਜੀ ਦੀ ਗੱਲ ਨਹੀਂ ਜੇ ਡਿਓਲੋਜੀ ਦੀ ਗੱਲ ਨਹੀਂ ਗੋਲਵਾਲਕਰ ਦੀ ਫੋਟੋ ਕਿਉਂ ਆ ਹਨੇਵਾਕਰ ਦੀ ਇਹ ਹਨੇਵਾਕਰ ਦੀ ਫੋਟੋ ਕਿਉਂ ਇਹ ਉਹਨਾਂ ਦਾ ਸਕੂਲ ਹੈ ਤੇ ਤੂੰ ਕੌਣ ਆ ਦਾ ਬੰਦਾ ਬਲਾ ਕਹਿੰਦਾ ਉਹਨਾਂ ਦਾ ਆਪਾਂ ਤਾਂ ਉਹਨਾਂ ਦਾ ਬੱਚੇ ਬੰਦਾ ਬੁਲਾਉਣਾ ਹੈ ਤਾਂ ਆਪਾਂ ਉਹਨਾਂ ਨੂੰ ਐਸ ਵਾਈ ਕ੍ਰੈਡਿਟ ਲੈ ਲਵਾਂਗੇ ਹਾਂ ਉਹਨਾਂ ਨੇ ਬਿਠਾਇਆ ਗਿਆ ਇਹ ਆ ਆਪਰੀ ਨੂੰ ਹਿਮਾਚਲ ਤੋਂ ਥਾਣਾ ਕਿਵੇਂ ਆ ਗਿਆ ਇਹ ਗੱਲ ਸੁਣ ਲਾ ਤੁਸੀਂ ਵੀ ਸੁਣ ਲਓ ਸਾਰੇ ਯਾਰ 2016 ਦੇ ਵਿੱਚ ਇਸੇ ਸਕੂਲ ਚ 4 ਸਾਲ ਦੇ ਬੱਚੇ ਨਾਲ ਬਦਫੈਲੀ ਹੋਈ ਸੀ ਇਹੀ ਬੰਦਿਆਂ ਨੇ ਆ ਜਿਹੜੀਆਂ ਬੈਠੇ ਸਾਰੇ ਆ ਇਸੇ ਸ਼ਹਿਰ ਦੇ ਬੰਦਿਆਂ ਨੇ ਉਹ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇੱਥੇ ਸਕੂਲ ਬੰਦ ਕੀਤਾ ਸੀ ਬਾਬਾ ਹਰਦੀਪ ਤੇ ਸਬੀਰ ਫੂਲ ਮੇਰੇ ਨਾਲ ਸੀ ਫੇਰ ਜਾ ਕੇ ਉਹਦੇ FIR ਦਰਜ ਕਰਾਈ ਫੇਰ ਉਹ ਬੰਦਾ ਫੜਾਇਆ ਤੁਸੀਂ ਮੈਂ ਤਾਂ ਤੁਹਾਡੇ ਤੇ ਹੈਰਾਨ ਆ ਤੁਸੀਂ ਇੰਨਾ ਕੁਝ ਸਕੂਲਾਂ ਤੁਹਾਡੇ ਨਾਲ ਕਰੀ ਜਾਂਦੇ ਆ ਤੁਸੀਂ ਚੱਪੋ ਯਾਰ ਚਲੋ ਜਵਾਬ ਘਰੋਂ ਦਾ ਘੱਟੋ ਘੱਟ ਘਰ ਦੇ ਉਹਦਾ ਨਾਲ ਲੈ ਕੇ ਆਓ ਘਰ ਦੇ ਤਾਂ ਜਾ ਕੇ ਦੱਸੋ ਵੀ ਹਾਲਾਤ ਆ ਬਣੇ ਹੋਏ ਨੇ ਆ ਦੇਖੋ ਅਗਲੀ ਗੱਲ ਦੇਖ ਲੈ ਇਹਨਾਂ ਦੀ ਆ ਚਿੱਟੀ ਸ਼ਰਟ ਖਾਕੀ ਪੈਂਟ ਇਹ ਟੀਚਰਾਂ ਨੂੰ ਕਿਹਾ ਗਿਆ ਚਿੱਟੀ ਸ਼ਰਟ ਤੇ ਖਾਕੀ ਪੈਂਟ ਇਹ ਵੀ ਆਰਐਸਐਸ ਦੀ ਵਰਦੀ ਹੈ ਆਪਾਂ ਇਹਨੂੰ ਦੇਖੋ ਪੰਜਾਬੀ ਲਿਖਣੀ ਪੜ੍ਹਨੀ ਨੀ ਆਉਂਦੀ ਤੂੰ ਪ੍ਰਿੰਸੀਪਲ ਲਾਈ ਬੈਠਾ ਤੁਸੀਂ ਤੇ ਪੈਸਾ ਕਿਹਦਾ ਲੁੱਟਣਾ ਸਾਡੇ ਪਿੰਡਾਂ ਦੇ ਜਵਾਕਾਂ ਤੋਂ ਵਿਦਿਆ ਭਾਰਤੀ ਜੋ ਗਾਈਡਲਾਈਨ ਦਊ ਜੇ ਉਹਨਾਂ ਦਾ ਸਕੂਲ ਹੈ ਉਹ ਕਿਸੇ ਨੂੰ ਵੀ ਪ੍ਰਿੰਸੀਪਲ ਭੇਜਦਾ ਜੀ ਕੇਰਲਾ ਤੋਂ ਭੇਜ ਦੇਣ ਸਾਡਾ ਤਾਂ ਕੋਈ ਰੋਲ ਨਹੀਂ ਉਹਦੇ ਚ ਪਹਿਲੀ ਗੱਲ ਦੂਜੀ ਗੱਲ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ ਉਹਦਾ ਭੇਜ ਦੇ ਆਪਾਂ ਰਿਟਰਨ ਲੈ ਕੇ ਕਿਉਂ ਦੇ ਕੇ ਯਾਰ ਆ ਜਵਾਬ ਝੂਠ ਬੋਲਦਾ ਸੱਦ ਤੇਰੇ ਤੇਰੇ ਸਕੂਲ 1300 ਜਵਾਕ ਪੜਦਾ 1400 ਸੱਦ ਸਾਰਾ ਜਵਾਕ ਨਹੀਂ ਆਪਾਂ ਬੱਚਾ ਬੁਲਾ ਕੇ ਕਹਿੰਦੇ ਬੱਚਾ ਥੋੜੀ ਆਪਾਂ ਇਹ ਹੈਗਾ ਕਿ ਉਹਨਾਂ ਜਵਾਕ ਹਮੇਸ਼ਾ ਟੀਚਰ ਦੀ ਝੇ ਮੰਨਦੇ ਹੁੰਦੇ ਆ ਠੀਕ ਹੈ ਪਰ ਇਹ ਦੇਖ ਲਾ ਇਹਨਾਂ ਦਾ ਜਿਗਰਾ ਇਹਨਾਂ ਨੇ ਆਪਣੀ ਬੋਲੀ ਨੂੰ ਵੀ ਅੱਜ ਸਾਹਮਣੇ ਖੜ ਕੇ ਨਾ ਅਸੀਂ ਆ ਖੜੇ ਆ ਹੋ ਸਕਦਾ ਕੱਲ ਨੂੰ ਤੁਸੀਂ ਇਹਨਾਂ ਦੇ ਖਿਲਾਫ ਵੀ ਐਕਸ਼ਨ ਕਰੋ ਮੈਂ ਆ ਬੱਚੇ ਨੂੰ ਮੈਂ ਬਾਹਰ ਮਿਲ ਕੇ ਗਿਆ ਆ ਹੁਣ ਬੇਟਾ ਕੀ ਗੱਲ ਹੋਈ ਆਪਣੀ ਚੱਲ ਤੂੰ ਦੱਸ ਆਪਣੇ ਆਪ ਹੀ ਗੱਲ ਹੋਈ ਵੀ ਜਿਹੜੀ ਗੱਲ ਗੁੱਸਾ ਹੋ ਗਈ ਗੱਲ ਦਾ ਇਹ ਤਾਂ ਫਿਰ ਜਿਹੜੀ ਗੱਲ ਆ ਸਰ ਕਰਦੇ ਉਹ ਗੱਲ ਵੱਖ ਹੈ ਉਹ ਗੱਲ ਵੱਖ ਹੈ ਜਿਹੜੀ ਗੱਲ ਮੇਰੇ ਨਾਲ ਹੋਈ ਹੈ ਆ ਵੀ ਹਿੰਦੀ ਆ ਵੀ ਹਿੰਦੀ ਪ੍ਰਿੰਸੀਪਲ ਵੀ ਹਿੰਦੀ ਜਿਹੜਾ ਪੰਜਾਬੀ ਬੋਲਦਾ ਨਹੀਂ ਕਿ ਦੇਖੋ ਲਾਈਫ ਦੇ ਵਿੱਚ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਠੀਕ ਹੈ ਜੇ ਇਹਨਾਂ ਦੇ ਇੰਨਾ ਇਧਰ ਗੱਲਾਂ ਨਾਲ ਜਾ ਆਇਆ ਆਪਾਂ ਦੁੱਖ ਸੁੱਖ ਉਹ ਦੂਜੇ ਗੱਲਾਂ ਨਾਲ ਜਾ ਆਪਾਂ ਗੱਲ ਇੱਥੇ ਰੱਖਣੀ ਆ ਹੁਣ ਮੇਰੀ ਗੱਲ ਇੱਕ ਮਿੰਟ ਬਾਈ ਜੀ ਗੱਲ ਸੁਣ ਆ ਇਨਸਾਨ ਬੈਠਾ ਇਹ ਇਨਸਾਨ ਬੈਠਾ ਨਾ ਇੱਕ ਮਿੰਟ ਆ ਬੈਠਾ ਮੈਂ ਇੱਕ ਮਿੰਟ ਮੇਰੀ ਸੁਣ ਲਓ ਇਹਨਾਂ ਦੀ ਪੋਤੀ ਪੜਦੀ ਹੈ ਛੋਟੀ ਇਹਦਾ ਨਾ ਪੋਤਾ ਪੜਦਾ ਹੈ ਇਹ ਆਪ ਖੁਦ ਇੱਕ ਟੀਚਰ ਰਹੇ ਨੇ ਠੀਕ ਹੈ ਰਿਟਾਇਰ ਹੋਏ ਨੇ ਇਹਨਾਂ ਨੂੰ ਤੁਸੀਂ ਇਹਨਾਂ ਦੇ ਪੁੱਤ ਨੂੰ ਤੁਸੀਂ ਆਪਣੀ ਜ਼ਬਾਨੀ ਦੱਸੋ ਜੀ ਸੰਸਕ੍ਰਿਤ ਪ੍ਰਤੀ ਮੈਂ ਦੋ ਵਾਰੀ ਕਹਿ ਕੇ ਗਿਆ ਮੈਂ ਕਿਹਾ ਜੀ ਅਸੀਂ ਲੈਣੀ ਨਹੀਂ ਸੰਸਕ੍ਰਿਤ ਮੇਰੇ ਸਰੀਰ ਤੁਸੀਂ ਆਪਸ਼ਨ ਆ ਤਾਂ ਮੈਂ ਕਿਹਾ ਰੇਂਜ ਬ੍ਰੈਂਡ ਮੇਰੇ ਸਰੀਰ ਕਰਦਾ ਕਿ ਪਰ ਫਿਰ ਸੰਸਕ੍ਰਿਤ ਹੈ
दूजे धारना पढ़ाते हैं संस्कृत च पढ़ाते हैं थोनू पता संस्कृत की है होंगी प्रेयर च प्रेयर धारना 1947 दा पोता पढ़दा संसार पोता पोती मेरे पढ़दे थे इन्हां ने पढ़दे आ पोता पोती मेरे विथे लगे इन्हां नूं तुसीं जबरी कह रहे हो संस्कृत लाओ मैं उषा मैडम ला लो उषा मैडम मैं कहा वह कहते भी तुम इन क्यों रोकते संस्कृत तो बच्चा तो कल फिर होर भी कहूगा मैं मैम असं संस्कृत बिलकुल भी नहीं पढ़नी ना ही मैं बच्चे कहता मैं फिर हम तो हो जा पर संस्कृत नहीं पढ़ प्रिंसीपल कोले जवाक अर्जी लेके आंदा छुट्टी माफी दी इह कहिंदा मैनूं पंजाबी आउंदी नहीं बंदा जाऊ कित्थे जवाक जाऊ कित्थे मैं श्लोक भी पढ़ाओ जे संस्कृत साढ़े काम नहीं आनी पर बदले ड्रैंग ने कम आना है निखित ने अपने निकम्मे लोग ने अपने जेडे अज भी इधर नु जाके मुंह तुर पे फलाना जिंदाबाद फलाना मुर्दाबाद दारूआं पी लिया जा नज जा कनेडा दिखदा जिहड़ी जाड़े साड़ी बढ़ रहे ने इत्थे बह के विच पंजाब दे सारा पंजाब सारा बढ़ी जांदे आ आ रहिंदा हुंदा साडे जिहड़े इन्हां जवाकां दे मनां दे विच साडी मां बोली प्रति सारा कुछ करता इन्हां ने किहड़ा इतिहास पढ़ाउंदे आ दसो छत्तर खिचणा जिहड़ा मैं कहां छत्तर इन्हां बंदिआं नूं ते आ जिन्ने लोक इहनूं इकट्ठे करके स्कूल कराओ बंद इन्हां दा ਇਹ ਦੂਜੀ ਘਟਨਾ 16 ਦੇ ਵਿੱਚ ਬਲਾ ਹੋਇਆ ਕਿ ਨਹੀਂ ਇਸ ਜਵਾਕ ਨਾਲ ਮਤਲਬ ਫੈਲੀ ਦੱਸੋ ਹੋਇਆ ਹੋਇਆ ਡੀਪੀ ਹੈ ਜੀ ਦੱਸੋ ਡੀਪੀ ਹੈ ਜੀ ਵਿਕਰਮ ਸਾਰਾ ਲਾਲ ਲਵ ਜੀ ਸਰ ਇੰਨੀ ਮਿਹਨਤ ਕਰਾਈ ਹੈ ਨਾ ਨਹੀਂ ਜਵਾਕਾਂ ਨੂੰ ਵੀ ਕਹਿੰਦਾ ਉਹ ਦਿੱਲੀ ਉਹ ਕੱਢ ਕੇ ਮਾਰੇ ਦਿੱਲੀ ਤੱਕ ਬਾਈ ਜੀ ਇਹਨਾਂ ਨੇ ਹਿਮਾਚਲ ਦੇ ਰੱਖਣੇ ਆ ਆਹੀ ਚੱਕਦਾ ਹੀ ਮੈਂ ਆ ਕੁੜੀਆਂ ਖੜੀਆਂ ਆ ਕੁੜੀਆਂ ਖੜੀਆਂ ਕੁੜੀਆਂ ਨੂੰ ਸੁਣ ਲਓ ਇਹਦਾ ਨਹੀਂ ਬੱਚੇ ਝੂਠ ਬੋਲਦੇ ਆ अगर सारिया नू मेरा काम कार पसंद नहीं है तो मैं रिजाइन दे दिंदा मालक है तू प्रिंसीपल तेरे स्कूल च हिंड गवार ते गोलवाल कर दी फोटो की कर दी सब की है तू जवाब दे पूरा राष्ट्रपति ला ला प्रधानमंत्री ला ला मुख्यमंत्री ला ला बाबा साहब अंबेडकर दी ला ला भगत सिंह दी ला ला जेड़ी विचारधारा सानू खत्म करना चाहुंदी आ घट गिणतियां नू बोलियां नू बाकियां नू ओह दोनों बंदियां दी फोटो तेरे दफ्तर च है असीं किवें मन लगे तुसीं जहर नहीं पा रहे साडे बच्चां दे मन च चलो तुसीं जिवें बोलोगे आपां ओह फोटो ला दांगे कोई गल नहीं हुण क्यों ला देंगा क्योंकि इह तां मेरे आने ते पहले ते लगी होई मैं तां जुलाई च आया सीबीएसई स्कूल प्रिंसीपल नूं पंजाबी नहीं आनी चाहिए सुन ला
रिजर्व बैंक ऑफ इंडिया ओदी गाइडलाइन पढ़ी है जिने जेड़े सूबे च नौकरी करने है, मान लो कोई बंदा तमिल दा कोई बिहार दा बंगाल दा इत्थे पंजाब च नौकरी करता है जी उहनूं पंजाबी नहीं आउंदी वह अगली लाइन च नहीं बैठूगा पिछे बैठूगा जिन्ना चिर पंजाबी नहीं सिखदा तू बनादा प्रिंसीपल तैनूं पंजाबी दा ऊड़ा पढ़ना नहीं आउंदा चलो कोई गल नहीं जे तुसीं चाहुंदे तां मैं रिजाइन दऊंगा ਤੁਸੀਂ ਜਿਹੜਾ ਪ੍ਰਿੰਸੀਪਲ ਚਾਹੁੰਦੇ ਪੰਜਾਬੀ ਵਾਲਾ ਚਾਹੁੰਦੇ ਪੰਜਾਬੀ ਵਾਲਾ ਪੁਆਇੰਟ ਕਰਦਾ ਅਸੀਂ ਮੈਂ ਜਵਾਕਾਂ ਦੇ ਮਾਂ ਪਿਓ ਨੂੰ ਬੇਨਤੀ ਕਰਦਾ ਕਿ ਉੱਥੋਂ ਜਵਾਕ ਹਟਾ ਕੇ ਇਹ ਦੂਜੀ ਘਟਨਾ 16 ਦੇ ਵਿੱਚ 4 ਸਾਲ ਦੇ ਬੱਚੇ ਨੇ ਬਦਫੈਲੀ ਕੀਤੀ ਯੂਪੀ ਦੇ ਨੇ ਠੀਕ ਹੈ ਚਾਰ ਤੂੰ ਹੈ ਨਹੀਂ ਤੇਰਾ ਸੁਣ ਲੈ ਗੱਲ ਇਸੇ ਸਕੂਲ ਚ ਇਹਨਾਂ ਨੇ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸਾਰੀ ਮੈਨੇਜਮੈਂਟ ਨੇ ਗੱਲ ਦੱਬਣ ਦੀ ਕੋਸ਼ਿਸ਼ ਕੀਤੀ ਅਸੀਂ ਉਹ ਇੱਥੇ ਸਕੂਲ ਵੀ ਬੰਦ ਕੀਤਾ ਸੀ ਤੇ ਉਹਦੇ ਪਰਚਾ ਵੀ ਦਰਜ ਕਰਾਇਆ ਸੀ ਉੱਥੇ ਉਹਨੂੰ ਗ੍ਰਿਫਤਾਰ ਵੀ ਕਰਾਇਆ ਸੀ ਉਹਦਾ ਚਲੋ ਬਦਕਿਸਮਤੀ ਸਾਡੇ ਲੋਕਾਂ ਨੇ ਲੜਨ ਵਾਲੇ ਹੈ ਨਹੀਂ ਉਹ ਪਰਿਵਾਰ ਜਵਾਕ ਦਾ ਕਹਾ ਰਾਜੀਨਾਮਾ ਕਰ ਗਿਆ ਇਹ ਕਰਤੂਤਾਂ ਹੁੰਦੇ ਨਾ ਸਾਡੇ ਜਵਾਕਾਂ ਨਾਲ ਇਹਨਾਂ ਸਕੂਲਾਂ ਦੇ ਵਿੱਚ ਤੁਸੀਂ ਰਾਤ ਦੀਆਂ ਕਲਾਸਾਂ ਲਵਾਉਂਦੇ ਹੋ ਨਾ ਨਹੀਂ ਉਹ ਈਵਨਿੰਗ ਕਲਾਸ ਹੈ ਰਾਤ ਦੀ ਕਲਾਸ ਨਹੀਂ ਕਿਵੇਂ ਤੱਕ ਦੱਸੋ 9 ਵਜੇ ਤੱਕ ਚੱਲਦੀ ਹੈ ਉਹ ਪੰਜਾਬ ਦੇ ਲੋਕੋ ਸਰਵ ਹਿਤਕਾਰੀ ਸਕੂਲ ਹੈ ਰਾਮਪੁਰੇ ਵਾਲਾ ਇਹ ਆਹ ਤੁਹਾਡੀਆਂ ਬੱਚੀਆਂ ਖੜੀਆਂ ਜਿਹੜੇ ਸਕੂਲ ਦੇ ਵਿੱਚ 4 ਸਾਲ ਦੇ ਬੱਚੇ ਨਾਲ ਬਦਫੈਲੀ ਹੋ ਸਕਦੀ ਹੈ ਤੁਸੀਂ ਕੁੜੀਆਂ ਨੂੰ ਰਾਤ ਨੂੰ ਕਲਾਸਾਂ ਲਾਉਣ ਨੂੰ ਭੇਜਦੇ ਹੋ ਇਹ ਹਾਲਾਤ ਇਹਨਾਂ ਦੇ ਇੱਕ ਚੀਜ਼ ਨਾ ਹਮੇਸ਼ਾ ਪਬਲਿਕਲੀ ਮੈਂ ਵੀ ਕਹਿਣਾ ਚਾਹੁੰਦਾਗਾ ਕਿ ਸਿਸਟਮ ਨੂੰ ਨਾ ਹਮੇਸ਼ਾ ਸੁਧਾਰਨ ਦੀ ਜ਼ਰੂਰਤ ਹੁੰਦੀ ਹੈ ਔਰ ਸੁਧਾਰਨ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ ਤੁਸੀਂ ਜੜ ਵੱਢੀ ਜਾਓ ਤੁਸੀਂ ਜੜ ਵੱਢੋ ਅਸੀਂ ਸੁਧਾਰਨ ਦੀ ਗੱਲ ਕਰਦੇ ਜਵਾਕ ਵਿਦਿਆ ਭਾਰਤੀ ਤੁਸੀਂ ਕਿਵੇਂ ਥੋਪੋਗੇ ਤੁਸੀਂ ਕਿਵੇਂ ਥੋਪੋਗੇ ਸਾਡੇ ਤੇ ਗੱਲ ਦੇਖੋ ਮੇਰੀ ਪੋਤੀ ਵਾਜਾ ਵਜਾ ਸਾਰੇ ਤੁਸੀਂ ਬਾਬਾ ਜੀ ਮੈਨੂੰ ਗੱਲ ਦਾ ਜਵਾਬ ਦਿਓ ਇਹ ਸਾਡੇ ਬੰਦਿਆਂ ਨੂੰ ਗੁਮਰਾਹ ਪਤਾ ਕਿਵੇਂ ਕਰਦੇ ਆ ਕਈ ਲੜੀਆਂ ਹੁੰਦੀ ਹੈ ਮੈਂ ਕਹਿੰਦਾ ਗੁਮਰਾਹ ਕਿਵੇਂ ਕਰਦੇ ਆ ਤੁਸੀਂ ਆਏ ਇੱਥੇ ਆਏ ਚਾਹ ਪਾਣੀ ਪਿਆ ਤੁਹਾਡਾ ਬੱਚਾ ਜੀ ਐਂ ਤੁਹਾਡਾ ਬੱਚਾ ਇੱਥੋਂ ਐਂ ਕਰਕੇ ਨਿਕਲਾ ਐਂ ਕਰਕੇ ਪਰ ਤੁਹਾਡੇ ਬੱਚੇ ਨੂੰ ਕਿਹੜੇ ਇਤਿਹਾਸ ਨਾਲ ਜੋੜ ਰਹੇ ਹੈ ਕਿਹੜੀ ਬੋਲੀ ਨਾਲ ਜੋੜ ਰਹੇ ਹੈ ਉਹਦੇ 'ਚ ਕਿੰਨੀ ਕੁ ਨੈਤਿਕਤਾ ਭਰ ਰਹੇ ਹੈ ਇਹ ਸਵਾਲ ਹੈ ਕਿ ਨਹੀਂ ਹੈ ਜੋ ਬੱਚਾ ਤੁਸੀਂ ਜੋ ਬੱਚਾ 4 ਸਾਲ ਤੋਂ ਲੈ ਕੇ ਮੁੱਢਲੇ 15-20 ਸਾਲ ਸਿੱਖ ਗਿਆ ਉਹਦਾ ਅਸਰ ਰਹਿੰਦਾ ਕਿ ਨਹੀਂ ਰਹਿੰਦਾ ਦਿਮਾਗ ਦੇ ਵਿੱਚ ਹੁਣ ਤੂੰ ਬਾਬਾ RSS ਦੀ ਬਾਪੂ ਤੂੰ ਆਈਡੀਓਲੋਜੀ ਨਹੀਂ ਜਾਣਦਾ ਅਸੀਂ ਜਾਣਦੇ ਕੀ ਆ ਇਸੇ ਗੱਲ ਦਾ ਫਾਇਦਾ ਉਠਾਉਂਦੇ ਨਹੀਂ ਆਪਾਂ ਤਾਂ ਪੜ੍ਹੇ ਲਿਖੇ ਇਸੇ ਗੱਲ ਦਾ ਫਾਇਦਾ ਉਠਾਉਂਦੇ ਆ ਜਿਹੜੀ ਗੱਲ ਉਹ ਕਹਿੰਦੇ ਹੁਣ ਦੇਖੋ ਤੁਸੀਂ ਪੁੱਤ ਕੀ ਬੋਲਣਾ ਚਾਹੁੰਦੇ ਹੋ ਬਾਣੀ ਵੀ ਬੋਲਦੇ ਆ ਮੈਂ ਜਿਹੜੀ ਗੱਲ ਬਤਾਈ ਕਰ ਰਿਹਾ ਆ ਸੁਣ ਲੈ ਬਾਪੂ ਛੋੜੂਗੇ ਬੱਚੀਆਂ ਦਾ ਦਰਖਤ ਵੀ ਕੱਟ ਦਈਏ ਜਿਹੜੇ ਟੌਲ ਸਾਰੇ ਦਰਖਤ ਵੀ ਕੱਟ ਦੇ ਸਾਨੂੰ ਪਹਿਲਾਂ ਸੀ ਹਾਂ ਕਿੰਨੇ ਸਾਲ ਦਾ ਸੀ ਤੁਹਾਨੂੰ ਪੰਜਾਬੀ ਬੋਲਣ ਤੇ ਕੀ ਕਹਿੰਦੇ ਆ ਵੀ ਬੋਲਣੀ ਨਹੀਂ ਜਵਾਬ ਦੇ ਦਵਿੰਦਰ ਦਲੀਲਾਂ ਬਹੁਤ ਦਿੰਦਾ ਪੁੱਤ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਮੇਰੇ ਨਾਲ ਹੁਣ ਦੀ ਗੱਲ ਪੰਜਾਬੀ ਚ ਕਰ ਰਹੇ ਹੋ ਹਨਾ ਲੈ ਇੱਕ ਮਿੰਟ ਤੈਨੂੰ ਦਵਿੰਦਰ ਯਾਰ ਕਮਾਲ ਕਰਦਾ ਮੈਨੂੰ ਗੱਲ ਨੂੰ ਘਮਾਉਣਾ ਕਿਉਂ ਆ ਤੈਨੂੰ ਸਹੀ ਗੱਲ ਬੱਚੀ ਨੇ ਗੱਲ ਕਹੀ ਆ ਗੱਲ ਨੂੰ ਘਮਾਉਣਾ ਸਹੀ ਗੱਲ ਤਾਂ ਸਹੀ ਗੱਲ ਕਹੀ ਨਹੀਂ ਨਹੀਂ ਕਮਾਲ ਆ ਤੇ ਜਵਾਕਾਂ ਨੂੰ ਕਿਉਂ ਨਹੀਂ ਕਰਨ ਦਿੰਦੇ ਆ ਕਹੀ ਦੇ ਜਾਂਦੇ ਆ ਆ ਝੂਠ ਬੋਲਦੇ ਆ ਤੂੰ ਤਾਂ ਦਰਵਾਜ਼ਾ ਵੀ ਸਮਾਉਣਾ ਹੈ ਤੂੰ ਤਾਂ ਗੱਲ ਨਹੀਂ ਯਾਰ ਤੇਰੇ ਵਾਲੀ ਚੁੱਪ ਕਰਕੇ ਸੁਣ ਲਿਓ ਪੁੱਤ ਇੱਕ ਗੱਲ ਦਾ ਜਵਾਬ ਦਿਓ ਤੁਹਾਡੇ ਕੋਲੇ ਪੰਜਾਬੀ ਸਬਜੈਕਟ ਹੈਗਾ ਪੰਜਾਬੀ ਪੀਰੀਅਡ ਤੁਹਾਡਾ ਲੱਗਦਾ ਤੁਹਾਡੇ ਨਾਲ ਪੰਜਾਬੀ ਚ ਗੱਲ ਕਰਦੇ ਆ ਝੋਟਾ ਜਦੋਂ ਤੁਸੀਂ ਪ੍ਰੇਅਰ ਕਰਦੇ ਹੋ ਪ੍ਰੇਅਰ ਪੰਜਾਬੀ ਸ਼ਬਦ ਦਾ ਪਾਠ ਹੁੰਦਾ ਹੈ ਮੂਲ ਮੰਤਰ ਹੁੰਦਾ ਚਲੋ ਮੂਲ ਮੰਤਰ ਪੁੱਤ ਕਿਹਨਾਂ ਨੇ ਦਿੱਤਾ ਜਵਾਬ ਦਿਓ ਮੈਨੂੰ ਮੂਲ ਮੰਤਰ ਕਿਹਨੇ ਦਿੱਤਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਦਾ ਹੀ ਹੈ ਨਾ ਅੱਛਾ ਐਂ ਦੱਸੋ ਮੈਨੂੰ ਕੀ ਇੱਥੇ ਆਪਾਂ ਸਾਰੇ ਬੱਚੇ ਪੜ੍ਹਦੇ ਆ ਕੀ ਕੋਈ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਡਿਫਰੈਂਸ਼ੀਏਸ਼ਨ ਕੀਤੀ ਜਾਂਦੀ ਹੈ ਜਿਹੜਾ ਸਵਾਲ ਆਪਾਂ ਕਹਿੰਦੇ ਆ ਨਾ ਆਰ ਐਸ ਐਸ ਦੇਖੋ
ਵਿਦਿਆ ਭਾਰਤੀ ਦਾ ਜੇ ਸਕੂਲ ਹੈ ਵਿਦਿਆ ਭਾਰਤੀ ਕਿਸੇ ਨੂੰ ਅਪੁਆਇੰਟ ਇੱਥੇ ਕਰੇ ਪ੍ਰਿੰਸੀਪਲ ਅਪੁਆਇੰਟ ਕਰੇ ਅਸੀਂ ਨਹੀਂ ਲੈ ਕੇ ਆਏ ਵਿਦਿਆ ਭਾਰਤੀ ਜਿਸ ਨੂੰ ਅਪੁਆਇੰਟ ਕਰੂ ਉਹ ਇੱਥੇ ਬੈਠੂ ਸੀਟ ਤੇ ਆਪਾਂ ਨੂੰ ਓਬਜੈਕਸ਼ਨ ਹੈ ਕਿਸੇ ਨੂੰ ਵੀ ਓਬਜੈਕਸ਼ਨ ਹੈ ਪੇਰੈਂਟਸ ਨੂੰ ਹੈ ਬੱਚਿਆਂ ਨੂੰ ਹੈ ਕਿਸੇ ਨੂੰ ਵੀ ਓਬਜੈਕਸ਼ਨ ਹੈ ਆਪਾਂ ਆਪਣੀ ਰਿਟਨ ਭੇਜੀਏ ਦਵਿੰਦਰ ਤੂੰ ਬੋਲ ਲਿਆ ਸੁਣ ਲੈ ਬੋਲ ਲਿਆ ਨਾ ਤੂੰ ਬੋਲਿਆ ਗੱਲਾਂ ਕਹੀ ਰਹੀ ਮੈਂ ਸਿਰਫ ਤਾਂ ਸਿਰਫ ਸੁਣਤਾ ਲਾ ਗੱਲ ਬੱਚੀ ਦਾ ਜਵਾਬ ਦੇ ਦੇ ਅਸੈਪਟੇਬਲ ਬੱਚੀ ਨੇ ਗੱਲ ਕਹੀ ਸਾਨੂੰ ਹਿੰਦੀ ਪੰਜਾਬੀ ਬੋਲਦੇ ਰੋਕਿਆ ਤਾਂ ਜਵਾਬ ਦੇ ਦੇ ਨਹੀਂ ਮੈਂ ਤਾਂ ਨਹੀਂ ਸਮਝਿਆ ਬਿਲਕੁਲ ਰੋਕਿਆ ਹਾਂ ਦੇਖੋ ਕਹੀ ਜਾਂਦੀ ਮੂੰਹ ਦੇ ਹੈ ਰੋਕ ਲਿਆ ਪੰਜਾਬੀ ਬੋਲਦੇ ਤਾਂ ਪਤਾ ਕੜਾ ਵੀ ਨਹੀਂ ਪਾਉਣ ਦਿੰਦਾ ਕਿ ਕੜਾ ਤਾਂ ਨਹੀਂ ਪਾਉਂਦੇ ਤੇ ਕਿਸੇ ਲੜਦੇ ਆ ਸੱਟ ਮਾਰਦੇ ਭਾਈ ਸਾਹਿਬ ਗੱਲ ਸੁਣੀ ਸੱਚੇ ਹੋਵੋ ਗੱਲ ਸੁਣ ਬਾਈ ਜੀ ਜੇ ਤੁਸੀਂ ਸੱਚੇ ਹੋਵੋ ਆ ਤੁਹਾਡੇ ਸਕੂਲ ਦੇ ਜਵਾਬ ਤੁਹਾਡੇ ਖਿਲਾਫ ਕਦੇ ਨਾ ਖੜਨ ਮੈਂ ਕਹਿੰਦਾ ਕਾਣਾ ਮੈਂ ਚੋਰ ਨਹੀਂ ਚੋਰ ਬੰਦੇ ਤੇ ਕਾਣੇ ਬੰਦੇ ਭਜਦੇ ਹੁੰਦੇ ਆ ਜੇ ਮੈਂ ਤੁਹਾਡੇ ਧੌਣ ਤੇ ਗੋਡਾ ਰੱਖ ਕੇ 2016 ਚ ਪਰਚਾ ਕਰਾਇਆ ਤੁਸੀਂ ਕਰਨ ਨੂੰ ਸਾਰੇ ਤਿਆਰ ਸੀ ਨਹੀਂ ਕਰਨ ਦੇਣਾ ਉਹ ਤੁਹਾਡੀਆਂ ਦਿੱਲੀ ਤੱਕ ਦੀਆਂ ਟੀਮਾਂ ਆ ਗਈਆਂ ਸੀ ਇਹ ਸੱਚੇ ਸੀ ਤਾਂ ਪਰਚਾ ਕਰਾਤਾ ਅਸੀਂ ਕਿਉਂ ਦਵਾਂਗੇ ਦੱਸ ਕਿਉਂ ਆ ਸੱਚਾ ਬੰਦਾ ਹਮੇਸ਼ਾ ਕੋਠੇ ਚੜ੍ਹ ਕੇ ਬੋਲਦਾ ਮੇਰੀ ਗੱਲ ਸੁਣੋ ਉਹ ਸਕੂਲ ਦਾ ਪ੍ਰਿੰਸੀਪਲ ਕੌਣ ਸੀ ਹੁਣ ਤਾਂ ਕਹਿ ਕੇ ਸੱਟ ਮਾਰਨਗੇ ਇੰਸੀਡੈਂਟ ਦੱਸ ਕੜੇ ਨਾ ਹੋਇਆ ਝੋਟੇ ਗੱਲ ਪਤਾ ਕੀ ਆ ਇਹਨਾਂ ਨੂੰ ਤਿੰਨ ਸਵਾਲ ਨੇ ਤੁਰਦੂ ਦੁਆਰੇ ਆ ਗਿਆ ਇਹ ਪ੍ਰਿੰਸੀਪਲ ਹਿਮਾਚਲ ਤੋਂ ਆ ਮੇਰੀ ਗੱਲ ਸੁਣ ਲੋ ਜਿਹੜੇ ICSE ਸਕੂਲ ਨੇ ਤੇ ਜਿਹੜੇ CBSE ਸਕੂਲ ਨੇ ਇਹਨਾਂ ਨੂੰ ਸੈਂਟਰ ਬੋਡੀ ਕਰਦੀ ਓਪਰੇਟ CBSE ਦਾ ਹੈਡ ਆਫਿਸ ਦਿੱਲੀ ਆ ਠੀਕ ਆ ਪੂਰੇ ਇੰਡੀਆ ਚ ਇਹਨਾਂ ਦੇ ਸਕੂਲ ਨੇ ਜਿਹੜੀ ਲੈਂਗੁਏਜ ਉਹਨਾਂ ਨੇ ਕੀਤੀ ਜਿਹੜਾ ਸਭ ਉਹਨਾਂ ਨੇ ਬਣਾਇਆ ਕਰਕੇ ਸੋਨੂੰ ਬਿਠਾਈ ਤਾਂ ਤੁਸੀਂ ਉਹਨਾਂ ਨੂੰ ਕੜੇ ਨਾ ਪਾਉਂਦੇ ਪੰਜਾਬੀ ਨਾ ਬੋਲਣ ਦਿਓ ਭਾਈ ਸਾਹਿਬ ਮੇਰੀ ਗੱਲ ਸੁਣ ਲਓ ਸੋਨੂੰ ਪਾਇੰਟ ਹੀ ਤਾਂ ਕਰਦੇ ਨੇ ਉਹਰੇ ਤਾਂ ਹੋਰ ਕੀ ਗੱਲ ਹੈ ਅਰੇ ਭਾਈ ਸਾਹਿਬ ਮੈਂ ਹੀ ਥੋੜੀ ਜਵਾਹਰ ਨਵੋਦਿਆ ਵਿਦਿਆਲਿਆ ਵੀ ਹੈ ਕੇਂਦਰੀ ਵਿਦਿਆਲਿਆ ਵੀ ਹੈ ਸਾਨੂੰ ਵਿਦਿਆਲਿਆ ਦਾ ਪਤਾ ਨਹੀਂ ਸਕੂਲ ਹੈ ਉਹ ਇੱਧਰ ਹੈਂਡਗਵਾਰ ਦੀ ਫੋਟੋ ਹੈ ਆਰਐਸਐਸ ਵਾਲਾ ਉਹ ਗੋਲਵਾਲਕਰ ਦੀ ਫੋਟੋ ਹੈ ਹੁਣ ਇਹਨੂੰ ਨਾ ਇੱਥੇ ਭਗਤ ਸਿੰਘ ਦੀ ਆ ਨਾ ਸਰਾਭੇ ਦੀ ਆ ਨਾ ਰਾਸ਼ਟਰਪਤੀ ਦੀ ਨਾ ਪ੍ਰਧਾਨ ਮੰਤਰੀ ਦੀ ਨਾ ਅੰਬੇਦਕਰ ਦੀ ਕਿਸੇ ਦੀ ਫੋਟੋ ਦੱਸ ਦਿਓ ਹੁਣ ਸਾਰੀ ਡਿਓਲਜੀ ਆਰਐਸ ਦੀ ਅਲੱਗ ਪਰ ਕਸੂਰਵਾਰ ਸਾਡੇ ਲੋਕ ਨੇ ਬਾਈ ਸਾਡੇ ਲੋਕ ਕਦੇ ਇਹਨਾਂ ਨੂੰ ਆ ਕੇ ਸਕੂਲ ਚ ਕਹਿੰਦੇ ਨੀ ਆਹ ਬੇਚਾਰਾ ਬਾਪੂ ਬੈਠਾ ਇਹਨੂੰ ਮੈਂ ਕਿਹਾ ਵੀ ਆਰਐਸ ਕੀ ਹੈ ਇਹ ਕਹਿੰਦਾ ਸ਼ੇਰਾ ਮੈਨੂੰ ਤਾਂ ਪਤਾ ਨੀ ਜਦੋਂ ਬੇਚਾਰੇ ਅਨਪੜ੍ਹ ਮਾਪੇ ਨੇ ਜਿਹਨਾਂ ਨੂੰ ਪਤਾ ਹੀ ਨਹੀਂ ਸਾਡੇ ਜਵਾਕਾਂ ਦੇ ਅੰਦਰ ਕੀ ਪਾਈ ਜਾ ਰਹੀ ਆਪਣਾ ਬਾਈ ਹੁਣ ਮੰਗ ਇੱਕ ਕੀ ਆ ਵੀ ਆਪਾਂ ਇਹਨਾਂ ਦੇ ਇਹ ਮੈਂ ਇਹਨਾਂ ਨੂੰ ਦੱਕਾ ਨਹੀਂ ਕਿਤਾ ਇਹ ਆ ਇਹ ਪ੍ਰਿੰਸੀਪਲ ਨੇ ਤੇ ਹੋਣਾ ਚਾਹੀਦਾ ਇਹਨੂੰ ਬਦਲੋ ਜੋ ਦੂਜੀ ਗੱਲ ਇੱਥੇ ਫੋਟੋਆਂ ਜਿਹੜੀਆਂ ਹੈਗੀਆਂ ਨੇ ਉਹ ਜੋ ਪੰਜਾਬੀ ਸੰਬੰਧਤ ਆ ਤੀਜੀ ਆਹ ਗੱਲ ਅਸੀਂ ਇਹ ਤੇ ਬਰਦਾਸ਼ਤ ਨਹੀਂ ਕਰਾਂਗੇ ਆਹ ਗੱਲ ਜੋ ਸਾਡਾ ਹਿੰਦੀ ਸਾਰਾ ਕੁਛ ਹੈ ਗੱਲ ਤੇ ਆਹ ਜਿਹੜੀ ਤੁਸੀਂ ਵਰਦੀ ਜਬਰੀ ਇਹ ਲਾਉਣਾ ਚਾਹੁੰਦੇ ਆ ਖਾਕੀ ਪੈਂਟ ਤੇ ਚਿੱਟੀ ਸ਼ਰਟ ਆਰਐਸ ਦੀ ਵਰਦੀ ਟੀਚਰਾਂ ਨੂੰ ਕਹਿੰਦੇ ਇਹ ਪਾ ਕੇ ਆਉਣੀ ਹੈ ਬਿਆਨ ਦਿੱਤਾ ਵੀ ਗੁਰਦੁਆਰੇ ਨਸੂਰ ਨੇ ਉਹ ਮੈਨੂੰ ਗੁਰਦੁਆਰੇ ਨਸੂਰ ਨੇ ਬਾਈ ਸਾਹਿਬ ਮੈਨੂੰ ਉਹਦੇ ਬਾਰੇ ਬਾਈ ਸਾਹਿਬ ਸਾਰਾ ਕੁਛ ਪਤਾ ਕਿਉਂ ਮੇਰੀ ਗੱਲ ਸੁਣ ਲਓ ਤੁਹਾਡੇ ਕੋਲ ਚਾਰ ਬੰਦੇ ਨੇ ਗੌਤਮ ਅਕਸ਼ੇ ਇੱਕ ਹੋਰ ਤੇ ਚੌਥਾ ਹੈ ਚਾਰੇ ਬੰਦੇ ਹਿਮਾਚਲ ਦੇ ਇੱਥੇ ਨੀ ਅਸੀਂ ਬਰਦਾਸ਼ਤ ਕਰਾਂਗੇ ਨਹੀਂ ਅਸੀਂ ਸਾਰੇ ਸਾਰੇ ਜਵਾਕਾਂ ਨੂੰ ਇਕੱਠੇ ਕਰਕੇ ਉੱਥੇ ਬਿਠਾਵਾਂ ਬਿਠਾਓ ਤੁਸੀਂ ਨੰਬਰ 2 ਤੇ ਤੁਸੀਂ ਕਹਿੰਦੇ ਅਸੀਂ ਹਿਮਾਚਲ ਤੋਂ ਕਿਉਂ ਬੁਲਾਏ ਕੀ ਸਾਡੇ ਕੋਲ ਇਹ ਬੰਦਾ ਕੁਆਲੀਫਾਈਡ ਨਹੀਂ ਆ
यार सोनू किन्ने क्वालिफाइड पंजाबी चाहिए ने साडे बच्चे पढ़े नहीं है चाहे पंजाबी हां किन्ने चाहिए वो एक मिनट भाई किन्ने चाहिए असि अज ही देने हूं ही देने पांच मिनट वीर जी मेरी गल सुनो आप नहीं चाहते ना नहीं बस गल खत्म करो आप नहीं चाहते हैं नहीं रहेंगे हिमाचल नौकरी कर लेंगे जे हिंदी असि ना पढ़ाई ना जानते हो बोलने झूठ है नहीं कर सकते लिख के दो महाराज जनाब जी इन्होंने हमने झूठ बोलिया कि सीबीएसई दी हदायत ने आंदी सीबीएसई पढ़े Allow school to teach in a local language. हाँ जी करते हैं अपनी स्टेट च चले जाएंगे रामपुरे च पढ़े लिखे बंदे है नी पंजाबी हिंदू परिवार के होने कोई रमदास है नी पढ़े लिखे नौकरी करता अपनी पर भाई फिर जो मेरी गल सुनो तुम जो पंजाब रहना है अपने गरीब घर बच्चे किन्ने पढ़े लिखे ने रहन वाले हिंदू की मां बोली पंजाबी सिख की मां बोली पंजाबी मुसलमान तुसी फिर स्कूलों के आर एस एस की नीति क्यों लागू कर रहे हो जवाब है प्रिंसीपल लाया पंजाबी बोलनी आती है गुरु नानक ते लेख लिखा एक मिनट चुप करो जी गुरु नानक ते गुरु नानक इन्हें लिख रखा गुरु नानक मक्का गई मौलवी का विरोध कराया गुरु नानक ने तो मूर्ति पूजा का विरोध कराया सब तो पहले वो किथे लिखा दिखाओ मूर्ति पूजा का विरोध कराया उठ गए भाई क्यों कर
देखी भैन देखी आ देखो हर एक दे हिंदी हिंदी चाड़ी पई आ स्कूल पंजाब च है देखी भैने देखी लंघ जाने दे भैने देखी भैने लंघ जाने दे